ਕਿਸਾਨ ਦੇ ਮੁੱਦਿਆਂ 'ਤੇ ਖੜ੍ਹੇ ਹਾਂ, ਆਓ ਚੱਲੀਏ ਕਿਸਾਨ ਦੀ ਗੱਲ ਕਰਦੇ ਹਾਂ ਅਸੀਂ, ਜਿਹੜੇ ਜਿਸ ਗੱਲ ਦੀ ਆਪਾਂ ਇੱਥੇ ਫਸਲ ਆਪਾਂ ਨੂੰ ਚਾਹੀਦੀ ਹੈ। ਪਹਿਲਾਂ ਆਪਣਾ ਘਰ ਸੰਭਾਲੀਏ ਸਾਹਿਬ, ਆਪਣੇ ਝੁੱਗੇ ਨੂੰ ਅੱਗ ਲਾ ਕੇ ਲੋਕ ਸੇਕੀ ਜਾਂਦੇ ਆ ਤੁਹਾਡੇ ਤੋਂ, ਤੁਹਾਡੀ ਅੱਗ 'ਤੇ ਉਹ ਸੇਕ ਰਹੇ। ਮੇਰੀ ਇੰਨੀ ਬੇਨਤੀ ਹੈ, ਸ਼ੁਭਕਰਨ ਨਾ ਮਾਰਿਆ ਜਾਵੇ, ਕੋਈ ਹੋਰ ਸ਼ੁਭਕਰਨ ਕਿਸੇ ਦਾ ਪਰਿਵਾਰ ਨਾ ਉਜੜੇ। ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ, ਪਲੀਜ਼ ਸਾਡੇ ਨੌਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਅੱਜ ਸ਼ੁਭਕਰਨ ਨੂੰ ਆਊਗੀ ਵੀ ਆਓ ਪੰਜਾਬ ਦੇ ਲੋਕਾਂ ਨੂੰ ਜਾ ਕੇ ਪਿੰਡੋ ਪਿੰਡ ਉੱਥੇ ਬਾਰਡਰ 'ਤੇ ਬਹਿ ਕੇ ਬਜਾਏ ਪਿੰਡੋ ਪਿੰਡ ਜਾ ਕੇ ਪੁੱਛੋ, ਖਾਸ ਤੌਰ 'ਤੇ ਜਿੱਥੇ ਨਹੀਂ ਝੋਨਾ ਹੁੰਦਾ ਉਹਨਾਂ ਨੂੰ ਵੀ ਬੋਲੋ ਵੀ ਤੁਸੀਂ ਕੀ ਲਾਓਗੇ, ਤੁਹਾਡੇ ਵਾਸਤੇ ਕਿਹੜੀ ਫਸਲ ਲਾਈਏ। ਕਿਉਂਕਿ ਮਸਲਾ MSP ਦੇ ਨਹੀਂ ਸਾਹਿਬ, MSP ਚਾਹੀਦੀ ਹੈ, MSP ਦੇ ਬਿਨਾਂ ਗੁਜ਼ਾਰਾ ਨਹੀਂ ਸਾਹਿਬ, ਬਿਲਕੁਲ MSP ਚਾਹੀਦੀ ਹੈ। ਅੱਜ MSP ਕਰਕੇ ਆਹ ਹਾਲ ਹੈ ਵੀ ਅੱਜ ਅਸੀਂ ਪੁਜੀਸ਼ਨ 'ਚ ਖੜੇ ਹਾਂ ਵੀ ਐਡਾ ਵੱਡਾ ਸੰਘਰਸ਼ ਅਸੀਂ ਵਿੱਢਿਆ। ਪਰ ਅੱਜ ਜਿਵੇਂ ਕਹਿੰਦੇ ਨਾ, ਅੱਜ ਪੰਜਾਬ ਦੇ ਕਿਸਾਨ ਦਾ ਮਸਲਾ ਹੈ ਉਹ ਇਨਕਮ ਗਰੰਟੀ ਮਾਰਦਾ ਸਾਹਿਬ, ਨੋਟ ਹੈ ਮਿਨੀਮਮ ਸਪੋਰਟ ਪ੍ਰਾਈਸ ਪਾਲਦੇ ਵੀ ਉਹਦੀ ਆਮਦਨ ਸੁਰੱਖਿਅਤ ਹੋਵੇ। ਇਸ ਕਰਕੇ ਬੈਠ ਕੇ ਜ਼ਿੰਮੇਵਾਰੀ ਲੀਡਰਾਂ ਦੀ ਬਣਦੀ ਹੈ ਕਿਸਾਨਾਂ ਨੂੰ ਸਮਝਾਉਣ ਵੀ ਆਹ ਹੈ। ਸਾਰਿਆਂ ਨੂੰ ਦਿਸੀ ਜਾਂਦਾ ਵੀ ਆਉਣ ਵਾਲੇ 5 ਸਾਲ 10 ਸਾਲਾਂ ਦੇ ਅੰਦਰ ਪਾਣੀ ਹੇਠਾਂ ਖਤਮ ਹੋ ਜੂਗਾ, ਫਿਰ ਕਿੱਥੋਂ ਅਸੀਂ ਜਾ ਕੇ ਇਹਦਾ ਕਰਾਂਗੇ, ਇਹਦਾ ਕੋਈ ਨਾ ਕੋਈ ਬਦਲ ਲੈ ਕੇ ਆਈਏ। ਉਹ ਬਦਲ ਕਿਵੇਂ ਆਊਗਾ, ਉਹਦੇ ਵਾਸਤੇ ਲੀਡਰਾਂ ਦੀ ਜ਼ਿੰਮੇਵਾਰੀ ਹੈ ਬੈਠ ਕੇ ਸਲਾਹ ਕਰਕੇ। ਆ ਨਹੀਂ ਵੀ ਅਸੀਂ ਤਾਂ ਜੀ ਆਹ ਲੈ ਕੇ ਉੱਠਾਂਗੇ, 23 ਫਸਲਾਂ ਦੀ ਅਗਰ ਗਰੰਟੀ ਦੇ ਦਿੰਦੀ ਹੈ ਕੇਂਦਰ ਸਰਕਾਰ, ਜਿਹਦੇ ਨਾਲ ਪੰਜਾਬ ਦਾ ਭਲਾ ਹੁੰਦਾ, ਮੈਂ ਨਾਲ ਚੱਲਦਾ ਸਰ, ਕੋਈ ਸ਼ੁਭ ਕਰਨ ਦੀ ਲੋੜ ਨਹੀਂ, ਅਸੀਂ ਨਾਲ ਚੱਲਾਂਗੇ, ਸਾਰੇ ਚੱਲਾਂਗੇ ਨਾਲ। ਪਰ ਪਹਿਲਾਂ ਪੰਜਾਬ ਦੇ ਲੋਕਾਂ ਨਾਲ, ਮੈਂ ਨਹੀਂ ਪੰਜਾਬ ਦੇ ਕਿਸਾਨਾਂ ਦਾ ਠੇਕਾ ਲੈਂਦਾ, ਮੈਂ ਕਹਿ ਦਿਆਂ ਵੀ ਮੈਂ ਸਹਿਮਤ ਨਹੀਂ, ਪਿੰਡੋ ਪਿੰਡ ਜਾ ਕੇ ਲੋਕਾਂ ਤੋਂ ਰਾਏ ਲਓ ਵੀ ਤੁਸੀਂ ਕਿਹੜੀ ਫਸਲ ਲਾਓਗੇ ਇਹਨੂੰ ਛੱਡ ਕੇ ਝੋਨੇ ਨੂੰ, ਜਿਹਦੇ ਨਾਲ ਤੁਹਾਡਾ ਘਰ ਪੂਰਾ ਹੋਵੇ। ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਨੌਜਵਾਨਾਂ ਦੀ ਜ਼ਿੰਦਗੀ, ਪੰਜਾਬ ਦੀ ਕਿਸਾਨੀ, ਪੰਜਾਬ ਦੀ ਕਿਸਾਨੀ ਦਾ ਭਵਿੱਖ, ਅੱਜ ਭਵਿੱਖ ਖਤਰੇ 'ਚ ਹੈ ਸਾਹਿਬ। ਆਹ ਜਿਹੜੇ ਰੋਜ਼ ਕਲਾਈਮੇਟ ਚੇਂਜ ਦੇ ਆ ਜਾਂਦੇ ਆ, ਸਿਰਫ ਖਬਰ ਨਹੀਂ ਹੈ, ਆਹ ਸਿੱਧੀ ਸਿੱਧੀ ਜਾ ਕੇ ਪੰਜਾਬ ਦੇ ਕਿਸਾਨ 'ਤੇ ਡਿੱਗਣੀ ਹੈ। ਆਹ ਜਿਹੜੇ ਬਦਲਦੇ ਮੌਸਮ ਹੈ, ਕਦੇ ਹੀਟ ਵੇਵ ਚੱਲ ਗਈ, ਕਦੇ ਕੋਲਡ ਵੇਵ ਆ ਗਈ, ਸਿੱਧਾ ਇਹਦਾ ਅਸਰ ਜਿਹੜਾ ਪੈਣਾ ਕਿਸਾਨੀ 'ਤੇ ਪੈਣਾ ਹੈ। ਮੈਂ ਸਮਝਦਾ ਵੀ ਪਹਿਲੀ ਮੰਗ ਤਾਂ ਹੋਣੀ ਚਾਹੀਦੀ ਹੈ ਵੀ ਸਾਡਾ ਇੰਸ਼ੋਰੈਂਸ ਦਾ ਪ੍ਰੀਮੀਅਮ ਸਰਕਾਰ ਭਰੇ, ਘੱਟੋ ਘੱਟ ਇੰਸ਼ੋਰਡ ਤਾਂ ਹੋਈਏ, ਜੋ ਕੁਛ ਹੈ ਉਹਦਾ ਸਾਂਭੀਏ, ਅੱਗੇ ਦੀ ਤਾਂ ਫਿਰ ਝਾਕ ਕਰਾਂਗੇ।